ਜਾਂ ਫਿਰ ਬਾਪੂ ਬਚਾਉਂਦਾ ਹੋਣਾ ਕਿ ਐਂ ਕਰਦਾ ਮੈਂ ਆਪਦੇ 'ਤੇ ਲੈ ਲੈਣਾ, ਚਲੋ ਕੋਈ ਗੱਲ ਨਹੀਂ ਜਾਂਦੀ ਵਾਰ ਸਹੀ ਮੇਰੇ 'ਤੇ ਪਰਚੇ ਕਰ ਦੇਣਗੇ, ਤੂੰ ਵੱਜਿਆ ਪੁੱਤ ਆਪਣਾ ਅਕਾਲੀ ਦਲ ਦਾ ਵਜੂਦ ਬਚਿਆ ਰਹੇ। ਕੈਪਟਨ ਸਾਹਿਬ ਨੂੰ ਪੱਕਾ ਪਤਾ ਹੈ ਕਿ ਸੀ ਬੀ ਆਈ ਕੇਸ ਨੂੰ ਲਮਕਾਉਂਦੀ ਹੈ, 10-10 ਸਾਲ ਦੇ ਕੇਸ ਪਏ ਨੇ ਸੀ ਬੀ ਆਈ ਕੋਲ, ਹੁਣ ਵਾਪਸ ਲੈ ਕੇ ਇੱਕ ਹੋਰ ਐੱਸ ਆਈ ਟੀ ਬਣਾ ਤੀ, ਇੱਕ ਹੋਰ ਐੱਸ ਆਈ ਟੀ ਬਣਾ ਤੀ, ਕਿਉਂ ਫੋਨ ਕਰਕੇ ਗੋਲੀਆਂ ਚਲਵਾ ਰਿਹਾ, ਉਹ ਫੋਨ ਕਰਕੇ ਡੀ ਜੀ ਪੀ ਤੋਂ ਬੰਦੇ ਮਰਵਾ ਰਿਹਾ, ਗੁਰੂ ਸਾਹਿਬ ਦੀ ਬੇਅਦਬੀ 'ਚ ਉਹਨਾਂ ਦਾ ਹੱਥ ਆ ਰਿਹਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੇਅਦਬੀ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹ ਸੋਚਦੇ ਨੇ ਕਿ ਜੇਕਰ ਮੈਨੂੰ ਜੇਲ੍ਹ ਹੋ ਵੀ ਗਈ ਤਾਂ ਘੱਟੋ ਘੱਟ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਤਾਂ ਕਾਇਮ ਰਹੇਗਾ ਹੀ। ਜੀ ਹਾਂ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਨਾਲ ਮਿਲੀ ਭੁਗਤ ਕਰਕੇ ਬਾਇਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਪਲੈਨਿੰਗਾਂ ਦੇ ਵਿੱਚ ਰਹੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਪੋਲਰਾਈਜ਼ ਕਰਾਂਗੇ, ਲੋਕ ਵੋਟਾਂ ਮਿਲਣਗੀਆਂ, ਤਾਂ ਫਿਰ ਜਿਹੜੇ ਫਖਰੇ ਕੌਮ ਜੇ ਵੋ ਹੈ ਇਹ ਵਾਪਸ ਲਓ ਉਹਨਾਂ ਤੋਂ। ਇਹ ਫਖਰ ਵਾਲੀ ਗੱਲ ਹੈ ਕੌਮ ਲਈ ਕਿ ਉਸ ਬੰਦੇ ਦਾ ਨਾਂ ਆ ਰਿਹਾ ਕਿ ਉਹ ਫੋਨ ਕਰਕੇ ਗੋਲੀਆਂ ਚਲਵਾ ਰਿਹਾ, ਉਹ ਫੋਨ ਕਰਕੇ ਡੀ ਜੀ ਪੀ ਤੋਂ ਬੰਦੇ ਮਰਵਾ ਰਿਹਾ, ਗੁਰੂ ਸਾਹਿਬ ਦੀ ਬੇਅਦਬੀ 'ਚ ਉਹਨਾਂ ਦਾ ਹੱਥ ਆ ਰਿਹਾ, ਫਿਰ ਉਹ ਕਾਹਦੇ ਫਖਰੇ ਕੌਮ। ਸਿੱਧੂ ਨੇ ਵੀ ਕਿਹਾ ਗਿਆ ਵੀ ਜਨਰਲ ਡਾਇਰ ਦੀ ਜਿਹੜੀ ਸੁਖਬੀਰ, ਉਹ ਤਾਂ ਮੈਂ ਵੀ ਕਹਿ ਰਿਹਾ ਕਿ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਜਨਰਲ ਡਾਇਰ ਨੇ ਥੋੜ੍ਹੀ ਚਲਾਈ ਸੀ, ਆਰਡਰ ਦਿੱਤਾ ਸੀ, ਪਰ ਦੋਸ਼ੀ ਤਾਂ ਉਹੀ ਮੰਨੇ ਗਏ ਨਾ, ਆਰਡਰ ਦੇਣ ਵਾਲੇ ਕੌਣ ਨੇ ਇੱਧਰ? ਸੁਖਬੀਰ ਨੂੰ ਵਿੱਚੋਂ ਕਿਉਂ ਕੱਢ ਰਹੇ ਨੇ? ਸੁਖਬੀਰ ਬਾਦਲ ਵਾਸ ਹੈ ਹੋਮ ਮਿਨਿਸਟਰ ਐਟ ਦੈਟ ਟਾਈਮ, ਹੋਮ ਮਿਨਿਸਟਰ ਨੂੰ ਪਤਾ ਹੋਣਾ ਚਾਹੀਦਾ ਨਾ ਗੋਲੀ ਚੱਲ ਰਹੀ ਹੈ ਨਹੀਂ ਚੱਲ ਰਹੀ, ਜਾਂ ਫਿਰ ਬਾਪੂ ਬਚਾਉਂਦਾ ਹੋਣਾ ਕਿ ਐਂ ਕਰਦਾ ਮੈਂ ਆਪਦੇ 'ਤੇ ਲੈ ਲੈਣਾ, ਚਲੋ ਕੋਈ ਗੱਲ ਨਹੀਂ ਜਾਂਦੀ ਵਾਰ ਸਹੀ ਮੇਰੇ 'ਤੇ ਪਰਚੇ ਕਰ ਦੇਣਗੇ, ਤੂੰ ਵੱਜਿਆ ਪੁੱਤ ਆਪਣਾ ਅਕਾਲੀ ਦਲ ਦਾ ਵਜੂਦ ਬਚਿਆ ਰਹੇ, ਪਰ ਲੋਕਾਂ ਨੂੰ ਪਤਾ ਹੈ ਕਿ ਕਰਾਇਆ ਕੀ ਨੇ, ਆਣ ਐਲਾਨੇ ਮੁੱਖ ਮੰਤਰੀ ਉਦੋਂ ਇਹੀ ਸੀ। ਦੇਖੋ ਇਹ ਗੱਲ ਜਿਹੜੀ ਹੈ ਲੋਕਾਂ ਦੇ ਜਜ਼ਬਾਤ ਜਿਹੜੇ ਨੇ ਉਹ ਉਹਨਾਂ ਨਾਲ ਖੇਡੇ ਨੇ ਇਹ, ਅਤੇ ਫਿਰ ਇਹਦੇ ਵਿੱਚ ਕੀ ਕਰ ਸਕਦੇ ਹੁਣ? ਸੋ ਇਸ ਕਰਕੇ ਪਹਿਲਾਂ ਤਾਂ ਇਹਨਾਂ ਨੂੰ ਭੁੱਲ ਬਖਸ਼ਾਉਣੀ ਚਾਹੀਦੀ ਹੈ, ਫਿਰ ਉਹ ਤੋਂ ਬਾਅਦ ਇਹ ਤਾਂ ਉਸ ਦਿਨ ਡਿਬੇਟ ਦਾ ਵੀ ਸਾਹਮਣਾ ਨਹੀਂ ਕੀਤਾ, ਇਹ ਤਾਂ ਡਿਬੇਟ ਨੂੰ ਵੀ ਪਾੜ ਕੇ ਚਲੇ ਗਏ, ਇਹ ਤਾਂ ਕਹਿੰਦੇ ਜਸਟਿਸ ਹੀ ਨਹੀਂ ਹੈਗਾ, ਉਹਦੀ ਡਿਗਰੀ ਚੈੱਕ ਕਰੋ, ਸੁਖਬੀਰ ਦੀ ਡਿਗਰੀ ਚੈੱਕ ਕਰੋ ਪਹਿਲਾਂ। ਅੱਛਾ, ਜਦੋਂ ਕਿਸੇ ਦੇ ਘਰੇ ਅੱਗ ਲੱਗਦੀ ਹੈ ਉਦੋਂ ਲੋਹੜੀ, ਜਦੋਂ ਆਪਣੇ ਘਰੇ ਲੱਗਦੀ ਹੈ ਉਦੋਂ ਸੇਕ। ਭਗਵੰਤ ਮਾਨ ਦੇ ਮੁਤਾਬਕ ਜੇਕਰ ਕਾਂਗਰਸ ਬੇਅਦਬੀ ਮਾਮਲੇ 'ਤੇ ਬਾਦਲ ਪਰਿਵਾਰ ਦੇ ਖਿਲਾਫ ਛੇਤੀ ਕੋਈ ਐਕਸ਼ਨ ਨਹੀਂ ਲੈਂਦੀ ਤਾਂ ਕਾਂਗਰਸ ਦਾ ਵੀ ਪੰਜਾਬ 'ਚ ਉਹੀ ਹਾਲ ਹੋਵੇਗਾ ਜੋ ਇਸ ਵੇਲੇ ਅਕਾਲੀ ਦਲ ਦਾ ਹੋ ਰਿਹਾ ਹੈ। ਸਰ, ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਹੈ ਸੀ ਬੀ ਆਈ ਤੋਂ ਵਾਪਸ ਕਰਾਉਣੀ ਹੈ, ਪਰ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਹੈ ਉਹਦੇ ਵਿੱਚ ਵਾਪਸ ਹੋਣਾ ਮੁਸ਼ਕਲ ਹੈ। ਪਹਿਲੀ ਗੱਲ ਤਾਂ ਦੇਣ ਦੀ ਕੀ ਲੋੜ ਸੀ, 20 ਦਿਨਾਂ ਦੇ ਵਿੱਚ ਹੁਣ ਵਾਪਸ ਲੈ ਰਹੇ ਨੇ? ਅਸੀਂ ਉਦੋਂ ਹੀ ਕਿਹਾ ਸੀ ਸੀ ਬੀ ਆਈ ਨੂੰ ਕਿਉਂ ਦਿੰਦੇ ਹੋ, ਜਦੋਂ ਜਸਟਿਸ ਨੇ ਕਰਤੀ ਕਾਰਵਾਈ ਸ਼ੁਰੂ ਕਰ ਦਿਉ, ਪਰਚੇ ਦਰਜ ਕਰੋ ਉਹਨਾਂ ਦੇ ਜਿਹੜੇ ਜਨਰਲ ਡਾਇਰ ਨੇ ਜਿਨ੍ਹਾਂ ਨੇ ਹੁਕਮ ਦਿੱਤੇ ਨੇ, 8 ਘੰਟਿਆਂ ਦੀ ਬਹਿਸ ਕਰਾ ਕੇ ਵਿਧਾਨ ਸਭਾ 'ਚ ਇੰਨੀ ਗੱਲ ਕੱਢੀਏ ਸੀ ਬੀ ਆਈ ਤੋਂ ਵਾਪਸ ਲੈ ਲੈਂਦੇ ਹਾਂ। ਸੀ ਬੀ ਆਈ ਨੂੰ ਦੇਣ ਦੇ ਵਿੱਚ ਰੋਲ ਕੀਤਾ ਸੀਗਾ? ਸ਼ਰੇਆਮ ਬਚਾ ਰਹੇ ਨੇ ਬਦਲਾਂ ਨੂੰ, ਪਹਿਲਾਂ ਤਾਂ ਕਹਿੰਦੇ ਵੀ ਸੀ ਜਦੋਂ ਅਸੀਂ ਗਏ ਮਜੀਠੀ ਵਾਲੇ ਕੇਸ 'ਚ, ਡਰੱਗ ਵਾਲੇ ਕੇਸ 'ਚ, ਅਸੀਂ ਕਿਹਾ ਐਸ ਟੀ ਐਫ ਦੀ ਰਿਪੋਰਟ ਜਿਹੜੀ ਉਹਨੂੰ ਸੀ ਬੀ ਆਈ ਨੂੰ ਦੇ ਦਿਉ, ਕਹਿੰਦੇ ਸੀ ਬੀ ਆਈ ਤਾਂ ਬਹੁਤ ਟਾਈਮ ਲਾ ਦਿੰਦੀ ਹੈ, ਲੰਬਾ ਲਮਕਾਉਂਦੀ ਹੈ। ਅਸੀਂ ਕਿਹਾ ਚਲੋ ਠੀਕ ਹੈ, ਤੁਸੀਂ ਐਸ ਟੀ ਐਫ ਨੂੰ ਖੁੱਲ੍ਹੀ ਛੁੱਟੀ ਦੇ ਦਿਉ, ਠੀਕ ਹੈ ਨਾ। 20 ਦਿਨਾਂ ਬਾਅਦ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਂਦੀ ਹੈ, ਆਨਸਰ ਸੀ ਬੀ ਆਈ ਨੇ ਦਿੱਤੀ, ਇਹਦਾ ਮਤਲਬ ਕੈਪਟਨ ਸਾਹਿਬ ਨੂੰ ਪੱਕਾ ਪਤਾ ਹੈ ਕਿ ਸੀ ਬੀ ਆਈ ਕੇਸ ਨੂੰ ਲਮਕਾਉਂਦੀ ਹੈ, 10-10 ਸਾਲ ਦੇ ਕੇਸ ਪਏ ਨੇ ਸੀ ਬੀ ਆਈ ਕੋਲ, ਹੁਣ ਵਾਪਸ ਲੈ ਕੇ ਇੱਕ ਹੋਰ ਐੱਸ ਆਈ ਟੀ ਬਣਾ ਤੀ। ਅਸੀਂ ਤਾਂ ਕਹਿੰਦੇ ਹਾਂ ਕਿ ਜੇ ਉਹਨਾਂ ਨੇ ਟਾਈਮ ਰਹਿੰਦੇ ਕੋਈ ਟਾਈਮ ਬਾਉਂਡ ਦੇ ਵਿੱਚ ਉਹਨਾਂ ਨੇ ਕਾਰਵਾਈ ਨਹੀਂ ਕੀਤੀ, ਸਾਰੇ ਪੰਜਾਬ ਦੇ ਵਿੱਚ ਅਸੀਂ ਸਰਕਾਰ ਨੂੰ ਮਜਬੂਰ ਕਰਾਂਗੇ ਧਰਨੇ ਦੇ ਦੇ ਕੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ, ਕਾਹਦੀ ਵੇਟ ਕਰ ਰਹੇ ਹੋ?
ਸੋ ਇਹ ਬਚਾ ਰਹੇ ਨੇ, ਸ਼ਰੇਆਮ ਬਚਾ ਰਹੇ ਨੇ ਅਕਾਲੀ ਦਲ ਨੂੰ। ਜੇਕਰ SIT ਬਾਦਲ ਦੇ ਖਿਲਾਫ ਰਿਪੋਰਟ ਤਿਆਰ ਕਰ ਦਿੰਦੀ ਹੈ ਕੈਪਟਨ ਦੇ ਕੋਲ, ਕੀ ਤੁਹਾਨੂੰ ਲੱਗਦਾ ਵੀ ਕੈਪਟਨ ਜਦੋਂ ਇੱਕ ਜੱਜ ਨੇ ਕਰਤੀ ਫਿਰ SIT ਕਾਹਦੇ ਵਾਸਤੇ? ਉਹਦੇ 'ਤੇ ਰਿਪੋਰਟ ਕਿਉਂ ਕਾ, ਉਹਦੇ 'ਤੇ ਪਰਚਾ ਕਿਉਂ ਨਹੀਂ ਕਰਦੇ ਜੀ ਉਸੇ ਇਨਕੁਆਇਰੀ 'ਤੇ? ਕਿਉਂਕਿ ਪਹਿਲਾਂ ਵੀ SIT ਬਣਾ ਕੇ ਕੈਪਟਨ ਸਾਹਿਬ ਨੇ SIT ਦੇਖੋ ਪਰ ਸਾਰੇ ਵਾਪਸ। ਸਾਡੇ ਮੁਲਕ ਦਾ ਕਲਚਰ ਇਹ, ਜਦੋਂ ਖਹਿੜਾ ਛੁਡਾਉਣਾ ਹੋਵੇ ਗੌਰਮੈਂਟ ਨੇ ਕਿਸੇ ਵੀ ਵਿਰੋਧ ਤੋਂ, ਕਹਿੰਦੇ ਜੀ ਕਮਿਸ਼ਨ ਬਿਠਾ ਤਾ, SIT ਬਿਠਾ ਤੀ। ਇਹ ਜਿਹੜੇ ਬਹਿੰਦੇ ਨੇ ਨਾ, ਇਹ ਬਹਿੰਦੇ ਬਹੁਤ ਦੇਖਿਆ, ਉੱਠਦਾ ਮੈਂ ਕੋਈ ਨਹੀਂ ਦੇਖਿਆ ਇਹਨਾਂ 'ਚੋਂ। ਤੋ ਹੁਣ ਬਿਠਾਉਣਗੇ, ਪਤਾ ਨਹੀਂ ਕਦੋਂ ਉੱਠੂਗੀ, ਸ਼ਾਇਦ ਠੰਡੇ ਵਾਸਤੇ 'ਚ ਪਾਉਣਾ ਚਾਹੁੰਦੇ ਨੇ। ਹੁਣ ਇਸ ਲੈਵਲ 'ਤੇ ਲੋਕਾਂ ਦੀਆਂ ਭਾਵਨਾਵਾਂ, ਜਜ਼ਬਾਤੀ ਜਜ਼ਬਾਤ ਜਿਹੜੇ ਭੜਕੇ ਹੋਏ ਨੇ ਕਿ ਜੇ ਕਾਂਗਰਸ ਨੇ, ਚਲੋ ਅਕਾਲੀ ਦਲ ਤਾਂ ਲੋਕਾਂ ਦੇ ਮਨਾਂ 'ਚੋਂ ਲੈ ਗਿਆ, ਅਕਾਲੀ ਦਲ ਤਾਂ ਲੋਕਾਂ ਦੇ ਮਨਾਂ 'ਚੋਂ ਬਿਲਕੁਲ ਉਹਨਾਂ ਨੇ ਕੱਢਤਾ ਦਿਲਾਂ 'ਚੋਂ ਕਿ ਅਕਾਲੀ ਦਲ ਦਾ ਵਜੂਦ ਖਤਰੇ 'ਚ ਪੈ ਗਿਆ। ਜੇ ਕਾਰਵਾਈ ਨਾ ਕੀਤੀ ਤਾਂ ਹਾਲ ਕਾਂਗਰਸ ਦਾ ਵੀ ਇਹੀ ਹੋਊਗਾ ਫਿਰ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੇ ਖਿਲਾਫ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ 'ਤੇ ਵੀ ਖੂਬ ਤੰਜ ਕਸੇ। ਅਕਾਲੀ ਦਲ ਧਰਨੇ ਕੀ ਕੀ ਹੱਕ ਹੈ ਉਹਨਾਂ ਨੂੰ? ਰਹਿ ਗਿਆ ਕੋਈ ਮੋਰਲ, ਉਹਨਾਂ ਦੀ ਕੋਈ ਅਥਾਰਟੀ ਰਹਿ ਗਈ ਇਸ ਗੱਲ ਦੀ ਕਿ ਉਹ ਵੀ ਧਰਨੇ ਦੇਣਗੇ? ਇਹ ਆਪਸ 'ਚ ਰਲੇ ਹੋਏ ਨੇ, ਉਹਨੇ ਕਿਹਾ ਮੈਂ ਤੁਹਾਨੂੰ ਗਾਲਾਂ ਪਵਾ ਦੂੰਗਾ, ਠੀਕ ਹੈ, ਤੁਸੀਂ ਫਿਰ ਬਾਅਦ 'ਚ ਮੇਰੇ ਪੁਤਲੇ ਫੂਕ ਦਿਓ, ਤਾਂ ਕਿ ਐਂ ਨਾ ਲੱਗੇ ਆਪਾਂ ਰਲੇ ਹੋਏ ਹਾਂ, ਕਿਉਂਕਿ ਇਹ ਗੱਲ ਹੁਣ ਲੋਕਾਂ ਨੂੰ ਪਤਾ ਲੱਗ ਗਈ ਕਿ ਰਲੇ ਹੋਏ ਨੇ, ਇਹ ਸਾਰਾ ਪਤਾ ਲੱਗ ਗਿਆ ਲੋਕਾਂ ਨੂੰ। ਵਿਧਾਨ ਸਭਾ ਵਿੱਚ ਬੇਅਦਬੀ ਕਾਂਡ 'ਤੇ ਤਿਆਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਵਿੱਚ ਅਕਾਲੀ ਦਲ ਨੂੰ ਬੇਅਦਬੀਆਂ ਦਾ ਜ਼ਿੰਮੇਵਾਰ ਠਹਿਰਾਇਆ ਗਿਆ, ਤਾਂ ਸਿਆਸੀ ਪਾਰਟੀਆਂ ਦੇ ਨਾਲ ਨਾਲ ਆਮ ਲੋਕ ਵੀ ਬਾਦਲ ਪਰਿਵਾਰ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਕਿ ਲੋਕਾਂ ਦੇ ਵਿਰੋਧ ਅਤੇ ਸਿਆਸੀ ਪਾਰਟੀ 'ਚ ਛਿੜੀ ਬਹਿਸਬਾਜ਼ੀ ਦਾ ਬਾਦਲ ਪਰਿਵਾਰ ਨੂੰ ਕਿੰਨਾ ਕੁ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਕੀ ਤੁਹਾਨੂੰ ਨਜ਼ਰ ਦੀ ਲੱਗੀ ਹੋਈ ਹੈ ਐਨਕ? ਕੀ ਤੁਹਾਡੀ ਐਨਕ ਦਾ ਨੰਬਰ ਵਾਰ-ਵਾਰ ਵੱਧ ਰਿਹਾ? ਕਾਲਾ ਮੋਤੀਆ, ਅੱਖਾਂ ਦੇ ਪਰਦੇ ਖਰਾਬ ਜਾਂ ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਦਿਨੋ ਦਿਨ ਘਟਦੀ ਜਾ ਰਹੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਬਿਨਾਂ ਆਪਰੇਸ਼ਨ ਅੱਖਾਂ ਦੀ ਜੋਤ ਵਧਾਉਣ ਦੇ ਲਈ ਇੱਕੋ ਇੱਕ ਭਰੋਸੇਮੰਦ ਨਾਮ ਯਾਦ ਰੱਖੋ, ਨੈਚੁਰਲ ਵਿਜ਼ਨ ਸੈਂਟਰ ਪਟਿਆਲਾ। BAMS ਡਾਕਟਰ ਸਹਿਪਾਨਾ ਦੀ ਦੇਖ ਰੇਖ ਹੇਠ ਹੁਣ 100% ਆਯੁਰਵੇਦਿਕ ਦਵਾਈਆਂ ਦੀ ਵਰਤੋਂ ਨਾਲ ਤੁਸੀਂ ਪਾ ਸਕਦੇ ਹੋ ਐਨਕ ਤੋਂ ਛੁਟਕਾਰਾ। ਕੰਡੀਸ਼ਨ ਅਪਲਾਈ। ਜ਼ਰੂਰੀ ਸੂਚਨਾ, ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਾਂ, ਫੌਜ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਸਾਡੇ ਸੈਂਟਰ ਵੱਲੋਂ 100% ਮੁਫ਼ਤ ਇਲਾਜ ਕੀਤਾ ਜਾਂਦਾ ਹੈ।